ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਸ਼੍ਰੀ ਰਾਮ। ਅੱਜ ਅਸੀਂ ਵਾਰਡ ਨੰਬਰ 91 ਦੇ ਵਿੱਚ ਖੜੇ ਹਾਂ। ਮੈਂ ਤੇਜਿੰਦਰ ਸਿੰਘ ਰਾਜਾ ਇਸ ਵਾਰਡ ਦਾ ਇੰਚਾਰਜ ਹੋਣ ਦੇ ਨਾਤੇ ਅੱਜ ਤੱਕ ਮੈਂ ਕਿਸੇ ਦੇ ਖਿਲਾਫ਼ ਬੋਲਿਆ ਨਹੀਂ ਸੀਗਾ, ਮਗਰ ਜਦੋਂ ਜ਼ਿਆਦਾ ਹੀ ਧੱਕਾ ਹੋਣ ਲੱਗ ਜਾਏ ਨਾ ਤਾਂ ਫਿਰ ਬੋਲਣਾ ਹੀ ਪੈਂਦਾ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਨੌਰਥ ਹਲਕੇ ਦੇ MLA ਚੌਧਰੀ ਬਗਲਾ ਬੱਗਾ ਜੀ ਨੇ ਨਿਊ ਕੁੰਦਪੁਰੀ ਡਿਸਪੋਜ਼ਲ ਦੇ ਕੋਲ ਇੱਕ ਨਵਾਂ ਟਿਊਬਵੈੱਲ ਪਬਲਿਕ ਨੂੰ ਪਰੇਸ਼ਾਨੀ ਸੀ ਲਵਾ ਕੇ ਦਿੱਤਾ ਸੀ, ਜਿਸ ਦਾ MLA ਸਾਹਿਬ ਨੇ ਪਰਸੋਂ ਉਦਘਾਟਨ ਕਰਨਾ ਸੀ। ਸਾਡੀ ਇਸ ਵਾਰਡ ਦੇ ਕਾਂਗਰਸੀ ਸ਼ਰਾਰਤੀ ਅਨਸਰ ਲੋਕੀ ਜਿਹੜੇ ਖਵਾਜਾ ਪੀਰ ਟਿਊਬਵੈੱਲ ਤੇ ਖਵਾਜਾ ਪੀਰ ਨੂੰ ਪੂਜਦੇ ਨੇ, ਕੋਈ ਮਿੱਠਾ ਚੜਾਉਂਦੇ ਨੇ, ਕੁਝ ਖੀਰ ਵੰਡਦੇ, ਕੋਈ ਦਲੀਆ ਵੰਡਦਾ, ਤਾਂ ਦਿਖਾਣਾ ਚਾਹੁੰਦਾ ਦੇਖੋ ਆ ਟਿਊਬਵੈੱਲ ਖੁੱਲ੍ਹਾ, ਟਿਊਬਵੈੱਲ ਦਾ ਹਲੇ ਪ੍ਰੋਪਰ ਕੰਮ ਨਹੀਂ ਹੋਇਆ, ਜਿਹੜਾ ਕਿ ਟਿਊਬਵੈੱਲ ਕੱਲ੍ਹ ਤੱਕ ਫਾਈਨਲ ਹੋਣਾ, ਕੱਲ੍ਹ ਤੱਕ ਫਾਈਨਲ ਹੋਣ ਤੋਂ ਬਾਅਦ ਅਸੀਂ ਪਰਸੋਂ ਉਦਘਾਟਨ ਰੱਖਿਆ ਸੀ। ਇਹਨਾਂ ਨੇ ਸਾਡੇ ਮੁਹੱਲੇ ਦੇ ਭੋਲੇ ਪਾਲੇ ਲੋਕਾਂ ਨੂੰ, ਸਾਡੀਆਂ ਭੈਣਾਂ ਨੂੰ, ਸਾਡੇ ਭਰਾਵਾਂ ਨੂੰ ਇੱਥੇ 20-25 ਬੰਦੇ ਖੜ੍ਹੇ ਕਰਕੇ, ਜਦਕਿ ਸਾਡੇ ਜੇਈ ਸਾਹਿਬ ਮਾਣਯੋਗ ਜੇਈ ਸਾਹਿਬ ਵੀ ਖੜ੍ਹੇ ਨੇ, ਸਾਡੇ SDO ਸਾਹਿਬ ਗਰਚਾ ਜੀ ਵੀ ਨੇ, ਜਦੋਂ ਉਦਘਾਟਨ ਹੁੰਦਾ ਤਾਂ ਪੂਰੀ ਟੀਮ ਨਾਲ ਹੁੰਦੀ ਹੈ, SDO ਸਾਹਿਬ ਵੀ ਆਉਂਦੇ ਆ, ਜੇਈ ਸਾਹਿਬ ਵੀ ਆਉਂਦੇ ਆ, ਵਧੀਆ ਤਰੀਕੇ ਨਾਲ ਮੁਹੱਲੇ ਨੂੰ ਸਾਰਾ ਮੈਸੇਜ ਪਹੁੰਚਾ ਕੇ ਉਦਘਾਟਨ ਕੀਤਾ ਜਾਂਦਾ। ਇਹਨਾਂ ਨੇ ਖੜ੍ਹੇ ਟਿਊਬਵੈੱਲ ਤੇ ਬਿਜਲੀ ਵਾਲੇ ਬੰਦੇ ਆਏ ਸੀ, ਉਹਨਾਂ ਨੇ ਮਨਾ ਕੀਤਾ ਸੀ ਕਿ ਬਟਨ ਨਾ ਦੱਬੋ, ਸਟਾਰਟਰ ਦਾ ਮੋਟਰ ਫਟ ਜਾਣੀ ਹੈ। ਇਹਨਾਂ ਨੇ ਖੜ੍ਹੇ ਟਿਊਬਵੈੱਲ ਤੇ ਕੰਮ ਚੱਲਦਾ ਪਿਆ, ਬਟਨ ਦਬਾ ਕੇ ਲੱਡੂ ਵੰਡ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਇੰਨੀ ਬੁਖਲਾਟ ਨਾ ਲਿਆਓ, ਜੇ ਤੁਸੀਂ ਇੱਦਾਂ ਹੀ ਮੂਰਤ ਕਰੋਗੇ ਤਾਂ ਲੋਕੀ ਸਮਝਦਾਰ ਨੇ, ਇਹ ਜਿਹੜੇ ਬਰਸਾਤੀ ਲੱਡੂ ਨੇ ਨਾ ਇਹ ਪੰਜ ਸਾਲ ਬਾਅਦ ਐਂਡ ਨੇ, ਇੱਕ ਮਹੀਨੇ ਦੋ ਮਹੀਨੇ ਬਾਅਦ ਬਾਹਰ ਆਉਂਦੇ ਨੇ ਤੇ ਲੋਕਾਂ ਅੱਗੇ ਹੱਥ ਜੋੜਦੇ ਨੇ, ਤੇ ਮੁੜ ਕੇ ਜੋ ਲੋਕੀ ਇਹਨਾਂ ਦੇ ਘਰੇ ਆਉਂਦੇ ਨੇ ਤੇ ਉਹਨਾਂ ਨੂੰ ਖਾਣ ਨੂੰ ਪੈਂਦੇ ਨੇ। ਇੱਥੇ ਇਹ ਟਿਊਬਵੈੱਲ ਦਾ ਜਿਹੜਾ ਉਦਘਾਟਨ ਗਲਤ ਕੀਤਾ ਗਿਆ, ਚਲਦੇ ਪਾਣੀ 'ਚ ਮੱਥਾ ਟੇਕਿਆ ਜਾਂਦਾ ਉਦਘਾਟਨ ਹੁੰਦਾ, ਇਹਨਾਂ ਨੇ ਖੜ੍ਹੇ ਟਿਊਬਵੈੱਲ ਦੇ ਉਦਘਾਟਨ ਕਰਕੇ ਚਲੇ ਗਏ ਨੇ। ਇਹ ਸ਼ਰਾਰਤੀ ਅਨਸਰਾਂ ਨੂੰ ਮੈਂ ਦੱਸਣਾ ਚਾਹੁੰਦਾ ਵਾਂ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ। ਅੱਜ ਤੱਕ ਮੈਂ ਤੁਹਾਡੇ ਖਿਲਾਫ਼ ਕਦੀ ਬੋਲਿਆ ਨਹੀਂ ਸੀਗਾ, ਮਗਰ ਜਦੋਂ ਮੈਂ ਬੋਲਣਾ ਸ਼ੁਰੂ ਕਰਤਾ ਤਾਂ ਤੁਹਾਡੇ ਬੜੇ ਇੱਥੇ ਕਬਜ਼ੇ ਵੀ ਕੀਤੇ ਨੇ, ਬੜਾ ਕੁਛ ਕੁਛ ਕੀਤਾ ਹੋਇਆ, ਅਤੇ ਜਦੋਂ ਅਸੀਂ ਬਿਆਨਬਾਜ਼ੀ ਸ਼ੁਰੂ ਕੀਤੀ ਤੁਹਾਡੇ ਸਾਹਮਣੇ ਔਖੀ ਰਹਿਣੀ ਹੈ, ਕਿਉਂਕਿ ਸਾਡੇ ਮਾਣਯੋਗ MLA ਸਾਹਿਬ ਨੇ ਪਰਸੋਂ ਦਾ, SDO ਸਾਹਿਬ ਨੇ ਦੱਸਿਆ ਕਿ ਪਰਸੋਂ ਦਾ ਉਦਘਾਟਨ ਰੱਖੋ ਜੀ ਰਾਜਾ ਜੀ, ਸਾਰੇ ਮੁਹੱਲੇ ਨੂੰ ਮੈਸੇਜ ਲਾ ਦਿਓ MLA ਸਾਹਿਬ ਆਗੇ ਉਦਘਾਟਨ ਕਰਨਗੇ। ਇਹ ਸ਼ਰਾਰਤੀ ਅਨਸਰ ਆ ਕੇ ਅੱਜ ਦੋ ਦਿਨ ਪਹਿਲਾਂ ਹੀ ਖੜ੍ਹੇ ਟਿਊਬਵੈੱਲ ਦਾ ਉਦਘਾਟਨ ਕਰਕੇ ਚਲੇ ਗਏ ਨੇ, ਕਿੰਨੀ ਕੁ ਬੁਖਲਾਟ ਇਹਨਾਂ 'ਚ ਆ ਗਈ ਹੈ। ਮਗਰ ਇਹਨਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਕੋਈ ਗੱਲ ਨਹੀਂ, ਟਾਈਮ ਨੇੜੇ ਆ ਰਿਹਾ, ਤੁਹਾਨੂੰ ਪਬਲਿਕ ਨੇ ਬਹੁਤ ਹੀ ਵਧੀਆ ਸਤਿਕਾਰ ਨਾਲ ਘਰੇ ਬਿਠਾਉਣਾ, ਕੰਮ ਜਲਦੀ ਪਹੁੰਚਾਉਣ ਹੋ ਜੂਗਾ। ਆ ਦਿਖਾ ਚੰਦਾ ਸਾਰਾ ਦਿਖਾ, ਆਹ ਦੇਖੋ ਜੀ ਇਹ ਟਿਊਬਵੈੱਲ ਖੜ੍ਹਾ, ਇਹਦਾ ਹਲੇ ਕਨੈਕਸ਼ਨ ਆਪਾਂ ਜੁੜਿਆ ਵੀ ਨਹੀਂ, ਖੜ੍ਹੇ ਟਿਊਬਵੈੱਲ ਤੋਂ ਹੀ ਪਾਣੀ ਚੱਲਿਆ ਨਹੀਂ, ਹਲੇ ਆ ਲੱਡੂ ਫੜ ਕੇ ਚਲੇ ਗਏ ਨੇ, ਆਹ ਬਟਨ ਨਾ ਦੱਬੋ, ਹਲੇ ਪ੍ਰੋਪਰ ਕੰਮ ਚੱਲਦਾ ਪਿਆ। ਇਹਨਾਂ ਨੇ ਕੀ ਕੀਤਾ ਜੀ, ਆ ਕੇ ਜੀ ਅੱਜ ਪਹਿਲਾਂ ਦੱਬਤਾ ਹਰਾ ਬਟਨ ਦੱਬਤਾ, ਬਾਅਦ 'ਚੋਂ ਨਾਲ ਇੱਕ ਸੈਕਿੰਡ ਬਾਅਦ ਬਟਨ ਬੰਦ ਕਰਤਾ, ਲੱਡੂ ਚੜਾਏ, ਕੋਈ ਮੱਥਾ ਨਹੀਂ ਦੇ ਕੇ ਆ, ਕੋਈ ਕੁਛ ਨਹੀਂ, ਕੋਈ ਮਿੱਠਾ ਨਹੀਂ ਚੜਾਇਆ, ਇਹ ਹਰਕਤਾਂ ਕਰਨੀਆਂ ਸ਼ੁਰੂ ਕਰਤੀ ਇਹਨਾਂ ਨੇ। ਮੈਂ ਫਿਰ ਕੋਈ ਖੁੱਲ੍ਹੀ ਚੇਤਾਵਨੀ ਦੇ ਰਿਹਾ ਡਾਕਟਰ ਜੈਪ੍ਰਕਾਸ਼ ਜੀ ਨੂੰ, ਹਰਕਤਾਂ ਤੋਂ ਬਾਜ਼ ਆ ਜਾਓ, ਹਰਕਤਾਂ ਤੋਂ ਬਾਜ਼ ਆ ਜਾਓ। ਮੈਂ ਅੱਜ ਤੱਕ ਕਿਸੇ ਖਿਲਾਫ਼ ਬੋਲਿਆ ਨਹੀਂ, ਮੈਂ ਹਮੇਸ਼ਾ ਆਪਣੇ ਕੰਮ ਦੀ ਲਕੀਰ ਲੰਬੀ ਕੀਤੀ ਹੈ, ਜੇ ਸਾਨੂੰ ਹੁਣ ਬੋਲਣਾ ਪਊਗਾ ਤਾਂ ਮੈਂ ਹਰ ਵਾਰੀ ਲਾਈਵ ਹੋ ਕੇ ਬੋਲਾਂਗਾ, ਕਿਉਂਕਿ ਪਬਲਿਕ ਨੂੰ ਤੁਸੀਂ ਬਹੁਤ ਇੱਥੇ ਪਰੇਸ਼ਾਨ ਕੀਤਾ, ਜਿਹੜੀ ਮਾਂ ਭੈਣ ਤੁਹਾਡੇ ਘਰੇ ਸੈਰ ਕਰਨ ਆਉਂਦੀ ਸੀ ਤੁਸੀਂ ਬੜਾ ਦੁਪਕਾਰ ਕੇ ਉਹਨਾਂ ਨੂੰ ਕੱਢਦੇ ਸੀ। ਮੈਂ ਫਿਰ ਬੇਨਤੀ ਕਰਦਾ ਵਾਂ ਕਿ ਆਪਣੀ ਹਰਕਤਾਂ ਤੋਂ ਬਾਜ਼ ਆ ਜਾਓ, ਨਹੀਂ ਤਾਂ ਮੈਂ ਇਕੱਲੇ ਇਕੱਲੇ ਗਲੀ ਜਾ ਕੇ ਇਕੱਲੇ ਇਕੱਲੇ ਬੰਦੇ ਜੋ ਪਰੇਸ਼ਾਨ ਨੇ ਸਾਰਿਆਂ ਕੋਲ ਮੈਂ ਲਾਈਵ ਪਵਾਇਆ ਕਰਾਂਗਾ। ਇਸ ਕਰਕੇ
ਜਿਹੜੇ ਬੰਦੇ ਕੰਮ ਕਰ ਰਹੇ ਉਹਨੇ ਕੰਮ 'ਚ ਵਿਘਨ ਨਾ ਪਾਓ। ਜੇ ਅਸੀਂ ਫੋਗਿੰਗ ਕਰਾਉਂਦੇ ਹਾਂ ਤੁਸੀਂ ਕਹਿੰਦੇ ਹੋ ਕਿ ਫੋਗਿੰਗ ਕਰਾਉਣਾ ਵੋਟਾਂ ਪੈ ਜਾਂਦੀਆਂ। ਜੇ ਅਸੀਂ ਸਟਰੀਟ ਟੈਂਟ ਲਵਾਉਂਦੇ ਹਾਂ ਗਲੀ ਗਲੀ ਜਾ ਕੇ ਹਨੇਰਾ ਹੁੰਦਾ ਤੁਸੀਂ ਕਹਿਣ ਲੱਗ ਜਾਂਦੇ ਹੋ ਸਟਰੀਟ ਟੈਂਟ ਲਾ ਕੇ ਵੋਟਾਂ ਪੈ ਜਾਂਦੀਆਂ। ਜੇ ਅਸੀਂ ਕਿਸੇ ਨੂੰ ਆਪਣਾ ਵਿਜ਼ਿਟਿੰਗ ਕਾਰਡ ਦੇ ਕੇ ਆਉਂਦੇ ਹਾਂ ਕਿ ਆਪਕੀ ਸਰਕਾਰ ਆਪਕੇ ਦੁਆਰ ਕੋਈ ਦਿੱਕਤ ਪਰੇਸ਼ਾਨੀ ਹੋਏ ਫਿਰ ਤੁਸੀਂ ਕਹਿੰਦੇ ਹੋ ਕਿ ਵਿਜ਼ਿਟਿੰਗ ਕਾਰਡ ਦੇਣਾ ਵੋਟਾਂ ਪੈ ਜਾਂਦੀਆਂ। ਜੇ ਅਸੀਂ ਸਫਾਈ ਸੇਵਕ ਨਾਲ ਜਾ ਕੇ ਕੰਮ ਕਰਵਾਉਂਦੇ ਹਾਂ ਤੁਸੀਂ ਕਹਿੰਦੇ ਸਫਾਈ ਸੇਵਾ ਕਰਾਉਣਾ। ਜੇ ਕੰਮ ਵਾਰਡ ਦੇ ਹੋ ਰਹੇ ਨੇ ਤੇ ਤੁਹਾਨੂੰ ਇਸ ਦੁੱਖ ਤਕਲੀਫ ਕੀ ਹੈਗੀ ਹੈ? ਤੁਸੀਂ ਤਾਂ ਕਦੀ ਘਰੋਂ ਬਾਹਰ ਨਿਕਲਿਆ ਨਹੀਂ। ਤੇ ਸਾਡੀ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਆਈ ਹੈ ਸਾਡੀ ਆਮ ਆਦਮੀ ਪਾਰਟੀ ਨੇ ਸਾਡੇ ਹਲਕੇ MLA ਸਾਨੂੰ ਪਾਵਰਾਂ ਦਿੱਤੀਆਂ ਸੀ ਜਾ ਜਾ ਕੇ ਗਲੀ ਗਲੀ ਜਾ ਕੇ ਕੰਮ ਕਰਾਉਂਦੇ ਹਾਂ। ਜੇ ਤੁਸੀਂ ਘਰੋਂ ਬਾਹਰ ਆਏ ਹੁੰਦੇ ਤੇ ਅੱਜ ਤੁਹਾਨੂੰ ਲੋਕਾਂ ਦੀਆਂ ਮਿੰਨਤਾਂ ਕਰਨ ਦੀ ਲੋੜ ਨਾ ਪੈਂਦੀ। ਲੋਕ ਤੁਹਾਨੂੰ ਆਪ ਜਾ ਕੇ ਵੋਟ ਪਾਉਂਦੇ। ਆ ਰਹੇ ਇਲੈਕਸ਼ਨ ਤੁਹਾਨੂੰ ਚਾਨਣ ਹੋ ਜਾਊਗਾ ਕਿ ਤੁਸੀਂ ਕਿਹੜੇ ਪੈਰਾਂ ਤੇ ਖੜੇ ਹੋ। ਤੇ ਮੈਂ ਫੇਰ ਕਹਿੰਦਾ ਕਿ ਆਪਣੀ ਹਰਕਤਾਂ ਤੋਂ ਬਾਜ਼ ਆ ਜਾਓ, ਆ ਕੰਮ ਕਰਨਾ ਬੰਦ ਕਰ ਦਿਓ। ਜਈ ਸਾਹਿਬ ਤੁਸੀਂ ਦੱਸੋ ਜੀ, ਆ ਟਿਊਬਲ ਚਾਲੂ ਹੋ ਗਿਆ ਆਪਣਾ? ਹਲੇ ਟਿਊਬਲ ਦਾ ਕੰਮ ਚੱਲਦਾ ਪਿਆ ਹੈ ਜੀ, ਚੈੱਕ ਵੀ ਨਹੀਂ ਹੋਇਆ। ਤੇ ਜਿਹੜਾ ਮਹੂਰਤ ਕਰ ਗਏ ਚੰਗੀ ਗੱਲ ਹੈ? ਤੁਹਾਡੇ ਸਟਾਫ ਨੇ ਮਨਾ ਵੀ ਕੀਤਾ ਕਿ ਬਟਨ ਨਾ ਦਬਾਓ, ਮੋਟਰਸਾਈਕਲ ਜਾਣੀ ਭਾਜੀ ਹਲੇ ਟਿਊਬਲ ਤਿਆਰ ਨਹੀਂ ਹੋਇਆ। ਤੇ ਉਹ ਖੜੇ ਟਿਊਬਲ ਤੇ ਮੋਟਰ ਨੱਪ ਕੇ ਚਲੇ ਗਏ। ਸੁਣਦੇ ਪਏ ਹੋ ਕਿ ਜੀ ਸਾਹਿਬ ਕਹਿੰਦੇ ਟੈਸਟ ਵੀ ਨਹੀਂ ਕੀਤਾ ਟਿਊਬਲ ਚਲਾ ਕੇ ਖੜੇ ਟਿਊਬਲ ਦੇ ਮੁਰਤ ਕਰਕੇ ਕੰਮ ਚੱਲਦਾ ਪਿਆ ਹੁਣ ਇਹ ਕਰੈਕਸ਼ਨ ਦਾ ਕੰਮ ਰਹਿੰਦਾ ਇਸ ਪਾਸੇ ਦਾ ਕਰਦੇ ਪਏ। ਕਿੰਨੀ ਬੁਖਲਾੜ ਹੋ ਗਈ ਇਹਨਾਂ ਨੂੰ, ਏਦਾਂ ਵੋਟਾਂ ਨਹੀਂ ਪੈਣੀਆਂ ਇਹਨਾਂ ਨੂੰ ਕਹਿ ਦੋ। ਜੇ ਅਸੀਂ ਸੜਕਾਂ ਤੇ ਜਾ ਕੇ ਕੰਮ ਕਰਾ ਸਕਦੇ ਹਾਂ ਅਸੀਂ ਘਰੇ ਘਰੇ ਜਾ ਕੇ ਇਹਨਾਂ ਦਾ ਪ੍ਰਚਾਰ ਵੀ ਕਰ ਸਕਦੇ ਹਾਂ। ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਤੁਹਾਨੂੰ ਆਪਣੀ ਲਾਈ ਜ਼ਰੀਏ ਫੇਰ ਕਹਿਣਾ ਚਾਹੁੰਦਾ ਕਿ ਹਰਕਤਾਂ ਨਾ ਕਰੋ, ਕੰਮ ਦੀ ਲਕੀਰ ਲੰਬੀ ਕਰੋ। ਬਿਲਕੁਲ ਜੀ, ਖੜਾ ਟਿਊਬਲ ਆ, ਕੋਈ ਮੱਥਾ ਨਹੀਂ ਟੇਕਿਆ ਜੀ, ਕੁਛ ਨਹੀਂ ਚੱਕਿਆ ਜੀ, ਬਟਨ ਨੱਪ ਕੇ ਜੀ ਲੱਡੂ ਬਣ ਕੇ ਚਲੇ ਗਏ ਆਪਾਂ। ਪਰਸੋਂ ਤਾਂ ਮੂਰਤ ਰੱਖਿਆ MLA ਸਾਹਮਣੇ, ਬੱਗਾ ਸਾਹਿਬ ਆਉਣਾ ਜੀ, ਪਰਸੋਂ ਆਉਣਾ ਜੀ, ਕੱਲ ਟਿਊਬਲ ਕੰਪਲੀਟ ਹੋ ਜਾਂਦਾ, ਬੱਗਾ ਸਾਹਿਬ ਨੇ ਪਰਸੋਂ ਆਉਣਾ ਵਾ। ਇਹ ਅੱਜ ਆਏ ਜੀ, ਪਬਲਿਕ ਨੂੰ ਗੁਮਰਾਹ ਕਰਕੇ ਇਕੱਠੇ ਕਰਕੇ ਲੱਡੂ ਬਣ ਕੇ ਬਰਚਲਾ ਕੇ ਹੁਣ ਪਾਣੀ ਚ ਪਾਣੀ ਹੁਣ ਆਊਗਾ। ਟਿਊਬਲ ਦਾ ਮਤਲਬ ਜਦੋਂ ਉਦਘਾਟਨ ਹੋਏ ਲੋਕਾਂ ਦੇ ਘਰੇ ਤਾਂ ਪਾਣੀ ਜਾਣਾ ਚਾਹੀਦਾ, ਟਿਊਬਲ ਤਾਂ ਉੱਥੇ ਖੜਾ ਲੇ। ਬਿਨਾਂ ਸਗਨ ਦਾ ਕੋਈ ਕੰਮ ਹੋਇਆ? ਬਿਨਾਂ ਸਗਨ ਦਾ ਕਦੀ ਕੰਮ ਹੋਇਆ? ਅਸੀਂ ਮੁੰਡਾ ਵੀ ਵਿਆਹ ਸਗਨ ਲਾਨੇ, ਸੁਹਾਰਾ ਲਾਨੇ, ਸਗਨ ਨਾਲ ਕੰਮ ਹੁੰਦੇ ਨੇ? ਇਹ ਤਾਂ ਪਹਿਲਾਂ ਹੀ ਬਸਕ ਨਹੀਂ ਕਰ ਗਏ। ਬਾਕੀ ਮੈਂ ਘੰਟੇ ਦੋ ਘੰਟੇ ਬਾਅਦ ਮੀਡੀਆ ਰਾਹੀਂ, ਮੀਡੀਆ ਵੀ ਬੁਲਾਈ ਇੱਥੇ, ਮੈਂ ਘੰਟੇ ਦੋ ਘੰਟੇ ਬਾਅਦ ਉੱਥੇ ਵੀ ਲਾਈਵ ਚੈਨਲ ਦੁਆਰਾ ਹੋਵਾਂਗਾ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਸ਼੍ਰੀ ਰਾਮ। ਅੱਜ ਅਸੀਂ ਵਾਰਡ ਨੰਬਰ 91 ਦੇ ਵਿੱਚ ਖੜੇ ਹਾਂ। ਮੈਂ ਤੇਜਿੰਦਰ ਸਿੰਘ ਰਾਜਾ ਇਸ ਵਾਰਡ ਦਾ ਇੰਚਾਰਜ ਹੋਣ ਦੇ ਨਾਤੇ ਅੱਜ ਤੱਕ ਮੈਂ ਕਿਸੇ ਦੇ ਖਿਲਾਫ਼ ਬੋਲਿਆ ਨਹੀਂ ਸੀਗਾ, ਮਗਰ ਜਦੋਂ ਜ਼ਿਆਦਾ ਹੀ ਧੱਕਾ ਹੋਣ ਲੱਗ ਜਾਏ ਨਾ ਫਿਰ ਬੋਲਣਾ ਹੀ ਪੈਂਦਾ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਨੌਰਥ ਹਲਕੇ ਦੇ MLA ਚੌਧਰੀ ਬਗਲਾ ਬੱਗਾ ਜੀ ਨੇ ਨਿਊ ਕੁੰਦਪੁਰੀ ਡਿਸਪੋਜ਼ਲ ਦੇ ਕੋਲ ਇੱਕ ਨਵਾਂ ਟਿਊਬਵੈੱਲ ਪਬਲਿਕ ਨੂੰ ਪਰੇਸ਼ਾਨੀ ਸੀ ਲਵਾ ਕੇ ਦਿੱਤਾ ਸੀ, ਜਿਸ ਦਾ MLA ਸਾਹਿਬ ਨੇ ਪਰਸੋਂ ਉਦਘਾਟਨ ਕਰਨਾ ਸੀ। ਸਾਡੀ ਇਸ ਵਾਰਡ ਦੇ ਕਾਂਗਰਸੀ ਸ਼ਰਾਰਤੀ ਅਨਸਰ ਲੋਕੀ ਜਿਹੜੇ ਖਵਾਜਾ ਪੀਰ ਟਿਊਬਵੈੱਲ ਤੇ ਖਵਾਜਾ ਪੀਰ ਨੂੰ ਪੂਜਦੇ ਨੇ, ਕੋਈ ਮਿੱਠਾ ਚੜ੍ਹਾਉਂਦੇ ਨੇ, ਕੁਝ ਖੀਰ ਵੜਦੇ, ਕੋਈ ਦਲੀਆ ਵੜਦਾ, ਤਾਂ ਦਿਖਾਣਾ ਕਹਿੰਦਾ ਦੇਖੋ ਆ ਟਿਊਬਵੈੱਲ ਖੁੱਲ੍ਹਾ, ਟਿਊਬਵੈੱਲ ਦਾ ਹਾਲੇ ਪ੍ਰੋਪਰ ਕੰਮ ਨਹੀਂ ਹੋਇਆ, ਜਿਹੜਾ ਕਿ ਟਿਊਬਵੈੱਲ ਕੱਲ੍ਹ ਤੱਕ ਫਾਈਨਲ ਹੋਣਾ, ਕੱਲ੍ਹ ਤੱਕ ਫਾਈਨਲ ਹੋਣ ਤੋਂ ਬਾਅਦ ਅਸੀਂ ਪਰਸੋਂ ਉਦਘਾਟਨ ਰੱਖਿਆ ਸੀ।
ਇਹਨਾਂ ਨੇ ਸਾਡੇ ਮੁਹੱਲੇ ਦੇ ਭੋਲੇ ਪਾਲੇ ਲੋਕਾਂ ਨੂੰ, ਸਾਡੀਆਂ ਭੈਣਾਂ ਨੂੰ, ਸਾਡੇ ਭਰਾਵਾਂ ਨੂੰ ਇੱਥੇ 20-25 ਬੰਦੇ ਖੜੇ ਕਰਕੇ, ਜਦਕਿ ਸਾਡੇ ਜੇਈ ਸਾਹਿਬ ਮਾਣਯੋਗ ਜੇਈ ਸਾਹਿਬ ਵੀ ਖੜੇ ਨੇ, ਸਾਡੇ ਐਸ ਡੀ ਓ ਸਾਹਿਬ ਗਰਚਾ ਜੀ ਵੀ ਨੇ। ਜਦੋਂ ਉਦਘਾਟਨ ਹੁੰਦਾ ਤੇ ਪੂਰੀ ਟੀਮ ਨਾਲ ਹੁੰਦੀ ਹੈ, ਐਸ ਡੀ ਓ ਸਾਹਿਬ ਵੀ ਆਉਂਦੇ ਆ, ਜੇਈ ਸਾਹਿਬ ਵੀ ਆਉਂਦੇ ਆ, ਵਧੀਆ ਤਰੀਕੇ ਨਾਲ ਮੁਹੱਲੇ ਨੂੰ ਸਾਰਾ ਮੈਸੇਜ ਪਹੁੰਚਾ ਕੇ ਉਦਘਾਟਨ ਕੀਤਾ ਜਾਂਦਾ। ਇਹਨਾਂ ਨੇ ਖੜੇ ਟਿਊਬਵੈਲ ਤੇ ਬਿਜਲੀ ਵਾਲੇ ਬੰਦੇ ਆਏ ਸੀ, ਉਹਨਾਂ ਨੇ ਮਨਾ ਕੀਤਾ ਸੀ ਕਿ ਬਟਨ ਨਾ ਦੱਬੋ ਸਟਾਰਟਰ ਦਾ, ਮੋਟਰ ਸੜ ਜਾਣੀ ਹੈ। ਇਹਨਾਂ ਨੇ ਖੜੇ ਟਿਊਬਵੈਲ ਤੇ ਕੰਮ ਚੱਲਦਾ ਪਿਆ, ਬਟਨ ਦਬਾ ਕੇ ਲੱਡੂ ਵੰਡ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਇੰਨੀ ਬੁਖਲਾਟ ਨਾ ਲਿਆਓ। ਜੇ ਤੁਸੀਂ ਇੱਦਾਂ ਹੀ ਮੂਰਤ ਕਰੋਗੇ ਤੇ ਲੋਕੀ ਸਮਝਦਾਰ ਨੇ, ਇਹ ਜਿਹੜੇ ਬਰਸਾਤੀ ਲੱਡੂ ਨੇ ਨਾ, ਇਹ ਪੰਜ ਸਾਲ ਬਾਅਦ ਐਂਡਲੇ ਇੱਕ ਮਹੀਨੇ ਦੋ ਮਹੀਨੇ ਬਾਅਦ ਬਾਹਰ ਆਉਂਦੇ ਨੇ ਤੇ ਲੋਕਾਂ ਅੱਗੇ ਹੱਥ ਜੋੜਦੇ ਨੇ, ਤੇ ਮੁੜ ਕੇ ਜੋ ਲੋਕੀ ਇਹਨਾਂ ਦੇ ਘਰੇ ਆਉਂਦੇ ਨੇ ਤੇ ਉਹਨਾਂ ਨੂੰ ਖਾਣ ਨੂੰ ਪੈਂਦੇ ਨੇ। ਇੱਥੇ ਇਹ ਟਿਊਬਵੈਲ ਦਾ ਜਿਹੜਾ ਉਦਘਾਟਨ ਗਲਤ ਕੀਤਾ ਗਿਆ, ਚਲਦੇ ਪਾਣੀ 'ਚ ਮੱਥਾ ਟੇਕਿਆ ਜਾਂਦਾ ਉਦਘਾਟਨ ਹੁੰਦਾ, ਇਹਨਾਂ ਨੇ ਖੜੇ ਟਿਊਬਵੈਲ ਦੇ ਉਦਘਾਟਨ ਕਰਕੇ ਚਲੇ ਗਏ ਨੇ। ਇਹ ਸ਼ਰਾਰਤੀ ਅਫਸਰਾਂ ਨੂੰ ਮੈਂ ਦੱਸਣਾ ਚਾਹੁੰਦਾ ਵਾਂ ਕਿ ਆਪਣੀ ਹਰਕਤਾਂ ਤੋਂ ਬਾਜ਼ ਆ ਜਾਓ। ਅੱਜ ਤੱਕ ਮੈਂ ਤੁਹਾਡੇ ਖਿਲਾਫ਼ ਕਦੀ ਬੋਲਿਆ ਨਹੀਂ ਸੀਗਾ, ਮਗਰ ਜਦੋਂ ਮੈਂ ਬੋਲਣਾ ਸ਼ੁਰੂ ਕਰਤਾ ਤੇ ਤੁਹਾਡੇ ਬੜੇ ਇੱਥੇ ਕਬਜ਼ੇ ਵੀ ਕੀਤੇ ਨੇ, ਬੜਾ ਕੁਛ ਤੁਸੀਂ ਕੀਤਾ ਹੋਇਆ, ਤੇ ਜਦੋਂ ਅਸੀਂ ਬਿਆਨਬਾਜ਼ੀ ਸ਼ੁਰੂ ਕੀਤੀ ਤੁਹਾਡੇ ਸਾਹਮਣੇ ਔਖੀ ਰਹਿਣੀ ਹੈ। ਕਿਉਂਕਿ ਸਾਡੇ ਮਾਣਯੋਗ MLA ਸਾਹਿਬ ਨੇ ਪਰਸੋਂ ਦਾ, SDO ਸਾਹਿਬ ਨੇ ਦੱਸਿਆ ਕਿ ਪਰਸੋਂ ਦਾ ਉਦਘਾਟਨ ਰੱਖੋ ਜੀ, ਰਾਜਾ ਜੀ ਸਾਰੇ ਮੁਹੱਲੇ 'ਚ ਮੈਸੇਜ ਲਾ ਦਿਓ, MLA ਸਾਹਿਬ ਆਗੇ ਉਦਘਾਟਨ ਕਰਨਗੇ। ਇਹ ਸ਼ਰਾਰਤੀ ਅਨਸਰ ਆ ਕੇ ਅੱਜ ਦੋ ਦਿਨ ਪਹਿਲਾਂ ਹੀ ਖੜੇ ਟਿਊਬਵੈਲ ਦਾ ਉਦਘਾਟਨ ਕਰਕੇ ਚਲੇ ਗਏ ਨੇ। ਕਿੰਨੀ ਕੁ ਬੁਖਲਾਟ ਇਹਨਾਂ 'ਚ ਆ ਗਈ ਹੈ, ਮਗਰ ਇਹਨੂੰ ਦੱਸਣਾ ਚਾਹੁੰਦਾ ਵਾਂ ਕਿ ਕੋਈ ਗੱਲ ਨਹੀਂ, ਟਾਈਮ ਨੇੜੇ ਆ ਰਿਹਾ ਹੈ, ਤੁਹਾਨੂੰ ਪਬਲਿਕ ਨੇ ਬਹੁਤ ਹੀ ਵਧੀਆ ਸਤਿਕਾਰ ਨਾਲ ਘਰੇ ਬਿਠਾਉਣਾ ਹੈ, ਕੰਮ ਜਲਦੀ ਪਹੁੰਚਾਉਣ ਹੋ ਜੂਗਾ। ਆਹ ਦਿਖਾ ਚੰਦਰ ਸਾਰਾ ਦਿਖਾ, ਆਹ ਦੇਖੋ ਜੀ ਇਹ ਟਿਊਬਵੈਲ ਖੜਾ, ਇਹਦਾ ਹਲੇ ਕਨੈਕਸ਼ਨ ਆਪਾਂ ਜੁੜਿਆ ਵੀ ਨਹੀਂ, ਖੜੇ ਟਿਊਬਵੈਲ ਤੋਂ ਹੀ ਪਾਣੀ ਚੱਲਿਆ ਨਹੀਂ ਹਲੇ, ਆ ਲੱਡੂ ਫੜ ਕੇ ਚਲੇ ਗਏ ਨੇ। ਆਹ ਬਟਨ ਨਾ ਦੱਬੋ, ਹਲੇ ਪ੍ਰੋਪਰ ਕੰਮ ਚੱਲਦਾ ਪਿਆ। ਇਹਨਾਂ ਨੇ ਕੀ ਕੀਤਾ ਜੀ, ਆ ਕੇ ਜੀ ਅੱਜ ਪਹਿਲਾਂ ਦੱਬਤਾ ਹਰਾ ਬਟਨ ਦੱਬਤਾ, ਬਾਅਦ ਚੋਂ ਨਾਲ ਇੱਕ ਸੈਕਿੰਡ ਬਾਅਦ ਬਟਨ ਬੰਦ ਕਰਤਾ, ਲੱਡੂ ਚੜਾਏ, ਕੋਈ ਮੱਥਾ ਨਹੀਂ ਟੇਕ ਕੇ ਆ, ਕੋਈ ਕੁਛ ਨਹੀਂ, ਕੋਈ ਮਿੱਠਾ ਨਹੀਂ ਚੜਾਇਆ, ਇਹ ਹਰਕਤਾਂ ਕਰਨੀਆਂ ਸ਼ੁਰੂ ਕਰਤੀ ਇਹਨਾਂ ਨੇ। ਮੈਂ ਫਿਰ ਕੋਈ ਖੁੱਲ੍ਹੀ ਚੇਤਾਵਨੀ ਦੇ ਰਿਹਾ ਡਾਕਟਰ ਜੈਪ੍ਰਕਾਸ਼ ਜੀ ਨੂੰ, ਹਰਕਤਾਂ ਤੋਂ ਬਾਅਦ ਆ ਜਾਓ। ਮੈਂ ਅੱਜ ਤੱਕ ਕਿਸੇ ਖਿਲਾਫ਼ ਬੋਲਿਆ ਨਹੀਂ, ਮੈਂ ਹਮੇਸ਼ਾ ਆਪਣੇ ਕੰਮ ਦੀ ਰਕੀਲ ਲੰਬੀ ਕੀਤੀ ਹੈ। ਜੇ ਸਾਨੂੰ ਹੁਣ ਬੋਲਣਾ ਪਊਗਾ ਤਾਂ ਮੈਂ ਹਰ ਵਾਰੀ ਲਾਈਵ ਹੋ ਕੇ ਬੋਲਾਂਗਾ, ਕਿਉਂਕਿ ਪਬਲਿਕ ਤੁਸੀਂ ਬਹੁਤ ਇੱਥੇ ਪਰੇਸ਼ਾਨ ਕੀਤਾ। ਜਿਹੜੀ ਮਾਂ ਭੈਣ ਤੁਹਾਡੇ ਘਰੇ ਸੈਨ ਕਰਾਉਣ ਆਉਂਦੀ ਸੀ, ਤੁਸੀਂ ਬੜਾ ਦੁਪਕਾਰ ਕਰਨ ਕੱਢਦੇ ਸੀ। ਮੈਂ ਫਿਰ ਬੇਨਤੀ ਕਰਦਾ ਵਾਂ ਕਿ ਆਪਣੀ ਹਰਕਤਾਂ ਤੋਂ ਬਾਅਦ ਆ ਜਾਓ, ਨਹੀਂ ਤਾਂ ਮੈਂ ਇਕੱਲੇ ਗਲੀ ਜਾ ਕੇ ਇਕੱਲੇ ਬੰਦੇ ਜੋ ਪਰੇਸ਼ਾਨ ਨੇ ਸਾਰਿਆਂ ਕੋਲ ਮੈਂ ਲਾਈਵ ਪਾਇਆ ਕਰਾਂਗਾ। ਇਸ ਕਰਕੇ ਜਿਹੜੇ ਬੰਦੇ ਕੰਮ ਕਰ ਰਹੇ ਉਹਨੇ ਕੰਮ 'ਚ ਵਿਘਨ ਨਾ ਪਾਓ। ਜੇ ਅਸੀਂ ਫੋਗਿੰਗ ਕਰਾਉਂਦੇ ਹਾਂ, ਤੁਸੀਂ ਕਹਿੰਦੇ ਹੋ ਕਿ ਫੋਗਿੰਗ ਕਰਾਉਣਾ ਵੋਟਾਂ ਪੈ ਜਾਂਦੀਆਂ। ਜੇ ਅਸੀਂ ਸਟਰੀਟ ਟੈਂਟ ਲਵਾਉਂਦੇ ਹਾਂ, ਗਲੀ ਗਲੀ ਜਾ ਕੇ ਤਾਂ ਨੇਰਾ ਹੁੰਦਾ, ਤੁਸੀਂ ਕਹਿਣ ਲੱਗ ਜਾਂਦੇ ਹੋ ਸਟਰੀਟ ਟੈਂਟ ਲਾ ਕੇ ਵੋਟਾਂ ਪੈ ਜਾਂਦੀਆਂ। ਜੇ ਅਸੀਂ ਕਿਸੇ ਨੂੰ ਆਪਣਾ ਵਿਜ਼ਿਟਿੰਗ ਕਾਰਡ ਦੇ ਕੇ ਆਉਂਦੇ ਹਾਂ ਕਿ ਆਪਕੀ ਸਰਕਾਰ ਆਪਕੇ ਦੁਆਰ ਕੋਈ ਦਿੱਕਤ ਪਰੇਸ਼ਾਨੀ ਹੋਵੇ, ਫਿਰ ਤੁਸੀਂ ਕਹਿੰਦੇ ਹੋ ਕਿ ਵਿਜ਼ਿਟਿੰਗ ਕਾਰਡ ਦੇ ਨਾਲ ਵੋਟਾਂ ਪੈ ਜਾਂਦੀਆਂ। ਜੇ ਅਸੀਂ ਸਫਾਈ ਸੇਵਕ ਨਾਲ ਜਾ ਕੇ ਕੰਮ ਕਰਵਾਉਂਦੇ ਹਾਂ, ਤੁਸੀਂ ਕਹਿੰਦੇ ਸਫਾਈ ਸੇਵਾ ਕਰਾਉਣਾ। ਜੇ ਕੰਮ ਵਾਰਡ ਦੇ ਹੋ ਰਹੇ ਨੇ ਤਾਂ ਤੁਹਾਨੂੰ ਇਸ ਦੁੱਖ ਤਕਲੀਫ ਕੀ ਹੈਗੀ ਹੈ? ਤੁਸੀਂ ਤਾਂ ਕਦੀ ਘਰੋਂ ਬਾਹਰ ਨਿਕਲਿਆ ਨਹੀਂ, ਤੇ ਸਾਡੀ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਆਈ ਹੈ, ਸਾਡੀ ਆਮ ਆਦਮੀ ਪਾਰਟੀ ਨੇ ਸਾਡੇ ਹਲਕੇ MLA ਸਾਨੂੰ ਪਾਵਰਾਂ ਦਿੱਤੀਆਂ ਸੀ, ਜਾ ਕੇ ਗਲੀ ਜਾ ਕੇ ਕੰਮ ਕਰਾਉਂਦੇ ਹਾਂ। ਜੇ ਤੁਸੀਂ ਘਰੋਂ ਬਾਹਰ ਆਏ ਹੁੰਦੇ ਤੇ ਅੱਜ ਤੁਹਾਨੂੰ ਲੋਕਾਂ ਦੀਆਂ ਮਿੰਨਤਾਂ ਕਰਨ ਦੀ ਲੋੜ ਨਾ ਪੈਂਦੀ, ਲੋਕ ਤੁਹਾਨੂੰ ਆਪ ਜਾ ਕੇ ਵੋਟ ਪਾਉਂਦੇ। ਆਉਣ ਵਾਲੇ ਇਲੈਕਸ਼ਨ ਤੁਹਾਨੂੰ ਚਾਨਣ ਹੋ ਜਾਊਗਾ ਕਿ ਤੁਸੀਂ ਕਿਹਦੇ ਪੈਰਾਂ ਤੇ ਖੜੇ ਹੋ। ਤੇ ਮੈਂ ਫਿਰ ਕਹਿੰਦਾ ਕਿ ਆਪਣੀ ਹਰਕਤਾਂ ਤੋਂ ਬਾਅਦ ਆ ਜਾਓ, ਆਹ ਕੰਮ ਕਰਨਾ ਬੰਦ ਕਰ ਦਿਓ। ਜੈ ਸਾਹਿਬ
ਤੁਸੀਂ ਦੱਸੋ ਜੀ ਆ ਟਿਊਬਵੈਲ ਚਾਲੂ ਹੋ ਗਿਆ ਆਪਣਾ? ਹਜੇ ਚਾਲੂ ਨੇ ਟਿਊਬਵੈਲ, ਹਜੇ ਟਿਊਬਵੈਲ ਦਾ ਜੀ ਹਜੇ ਆਪਾਂ ਕੰਮ ਚੱਲਦਾ ਪਿਆ ਹੈ ਜੀ, ਠੀਕ ਆ ਨਾ, ਫਿਰ ਚੈੱਕ ਵੀ ਨਹੀਂ ਹੋਇਆ ਜੀ। ਤੇ ਜਿਹੜਾ ਮਹੂਰਤ ਕਰ ਗਏ ਚੰਗੀ ਗੱਲ ਹੈ? ਮਹੂਰਤ ਨਹੀਂ, ਏਦਾਂ ਮਹੂਰਤ ਨਹੀਂ ਹੁੰਦਾ ਹੈਗੇ, ਨਾ ਚੱਲਿਆ ਹਜੇ, ਨਾ ਚੈੱਕ ਕੀਤਾ, ਨਾ ਡਿਪਾਰਟਮੈਂਟ ਵਰਕ ਹੋਗੇ ਕੋਈ ਮਹੂਰਤ ਕੀਤਾ। ਤੇ ਫਿਰ ਇਹ ਖੜੇ ਟਿਊਬਵੈਲ ਤੇ ਆ ਕੇ ਬਟਨ ਲੱਪ ਕੇ ਤੇ ਆਪਾਂ ਲੱਡੂ ਬਣ ਕੇ ਚੱਲ ਰਹੇ ਹਾਂ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ? ਅਸੀਂ ਤਾਂ ਇੱਥੇ ਹੈ ਹੀ ਨਹੀਂ ਸੀਗੇ, ਠੀਕ ਆ ਨਾ, ਤੁਸੀਂ ਇੱਥੇ ਮੁੱਕੇ ਜਿਹੜਾ ਵਰਕਰ ਸਟਾਫ ਲੱਗਿਆ ਹੋਇਆ ਸੀਗਾ, ਤੁਹਾਡੇ ਸਟਾਫ ਨੇ ਹਲੇ ਮਨਾ ਵੀ ਕੀਤਾ ਕਿ ਬਟਨ ਨਾ ਦਬਾਓ, ਮੋਟਰ ਸੜ ਜਾਣੀ ਭਾਜੀ, ਹਲੇ ਟਿਊਬਵੈਲ ਤਿਆਰ ਨਹੀਂ ਹੋਇਆ, ਚੈੱਕ ਨਹੀਂ ਹੋਇਆ ਹੈਗਾ, ਤੇ ਉਹ ਫੜੇ ਟਿਊਬਵੈਲ ਤੇ ਮੋਟਰ ਲੱਪ ਕੇ ਚਲੇ ਗਏ। ਟੈਸਟ ਵੀ ਕੀਤਾ ਟਿਊਬਵੈਲ, ਤੁਸੀਂ ਸੁਣਦੇ ਹੀ ਪਏ ਹੋ ਕਿ ਜੀ ਸਾਹਿਬ ਕਹਿੰਦੇ ਟੈਸਟ ਵੀ ਨਹੀਂ ਕੀਤਾ ਟਿਊਬਵੈਲ ਚਲਾ ਕੇ ਤੇ ਖੜੇ ਟਿਊਬਵੈਲ ਤੇ ਮੋਟਰ ਕਰਕੇ ਆ, ਕੰਮ ਚੱਲਦਾ ਪਿਆ ਹੁਣ, ਇਹ ਕਨੈਕਸ਼ਨ ਦਾ ਕੰਮ ਰਹਿੰਦਾ ਇਸ ਪਾਸੇ ਦਾ ਕਰਦੇ ਪਏ। ਕਿੰਨੀ ਬੁਖਲਾੜ ਹੋ ਗਈ ਇਹਨਾਂ ਨੂੰ, ਏਦਾਂ ਵੋਟਾਂ ਨਹੀਂ ਪੈਣੀਆਂ ਇਹਨਾਂ ਨੂੰ ਕਹਿ ਦੋ। ਜੇ ਅਸੀਂ ਸੜਕਾਂ ਤੇ ਜਾ ਕੇ ਕੰਮ ਕਰਾ ਸਕਦੇ ਹਾਂ, ਅਸੀਂ ਘਰੇ ਘਰੇ ਜਾ ਕੇ ਇਹਨਾਂ ਦਾ ਪ੍ਰਚਾਰ ਵੀ ਕਰ ਸਕਦੇ ਹਾਂ। ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਤੁਹਾਨੂੰ ਆਪਣੀ ਲਾਈ ਜਰੀਏ ਫਿਰ ਕਹਿਣਾ ਚਾਹੁੰਦਾ ਕਿ ਹਰਕਤਾਂ ਨਾ ਕਰੋ, ਕੰਮ ਦੀ ਲਕੀਰ ਲੰਬੀ ਕਰੋ। ਬਿਲਕੁਲ ਜੀ, ਖੜਾ ਟਿਊਬਵੈਲ ਕੋਈ ਮੱਥਾ ਨਹੀਂ ਟੇਕਿਆ ਜੀ, ਕੁਛ ਨਹੀਂ ਚੱਕਿਆ ਜੀ, ਬਟਨ ਲੱਪ ਕੇ ਜੀ ਲੱਡੂ ਬਣ ਕੇ ਚਲੇ ਗਏ ਆਪਾਂ। ਪਰਸੋਂ ਤਾਂ ਮੂਰਤ ਰੱਖਿਆ ਐਮ ਐਲ ਏ ਸਾਹਮਣੇ, ਬੱਗਾ ਸਾਹਿਬ ਆਉਣਾ ਜੀ, ਪਰਸੋਂ ਆਉਣਾ ਜੀ, ਕੱਲ ਟਿਊਬਵੈਲ ਕੰਪਲੀਟ ਹੋ ਜਾਂਦਾ, ਬੱਗਾ ਸਾਹਿਬ ਨੇ ਪਰਸੋਂ ਆਉਣਾ ਵਾ। ਇਹ ਅੱਜ ਆਏ ਜੀ, ਪਬਲਿਕ ਨੂੰ ਗੁਮਰਾਹ ਕਰਕੇ, ਇਕੱਠੇ ਕਰਕੇ ਲੱਡੂ ਬਣ ਕੇ ਬਰਚਲਾ ਕੇ, ਹੁਣ ਪਾਣੀ ਪਾਣੀ ਹੁਣ ਆਊਗਾ। ਟਿਊਬਵੈਲ ਦਾ ਮਤਲਬ ਹੈ ਜਦੋਂ ਉਦਘਾਟਨ ਹੋਏ ਲੋਕਾਂ ਦੇ ਘਰੇ ਤਾਂ ਪਾਣੀ ਜਾਣਾ ਚਾਹੀਦਾ, ਟਿਊਬਵੈਲ ਤਾਂ ਉੱਥੇ ਖੜਾ ਲੇ। ਬਿਨਾਂ ਸਗਨ ਦੇ ਕੋਈ ਕੰਮ ਹੋਇਆ? ਬਿਨਾਂ ਸਗਨ ਦੇ ਕਦੀ ਕੰਮ ਹੋਇਆ? ਅਸੀਂ ਮੁੰਡਾ ਵੀ ਵਿਆਹ ਨਹੀਂ, ਸਗਨ ਲਾਨੇ, ਸੁਹਾਰਾ ਲਾਨੇ, ਸਗਨ ਨਾਲ ਕੰਮ ਹੁੰਦੇ ਨੇ, ਇਹ ਤਾਂ ਪਹਿਲਾਂ ਹੀ ਬਸਕ ਨਹੀਂ ਕਰ ਗਏ ਤਾਂ।